ਬੱਸ ਦਾ ਐਕਸੀਡੈਂਟ ਹੋਇਆ। ਇਹ ਆਪਣਾ ਜਿਹੜਾ ਬਟਾਲਾ ਕਾਦੀਆਂ ਰੋਡ ਹੈ, ਉਸ ਰੋਡ ਦੇ ਉੱਤੇ ਤਾਂ ਪ੍ਰੀਲਿਮਿਨਰੀ ਤੌਰ 'ਤੇ ਇੱਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ। ਸੋ 3 ਕੈਜੂਅਲਟੀਜ਼ ਇਹਦੇ ਵਿੱਚ ਰਿਪੋਰਟਡ ਹੈਗੀਆਂ, ਤਾਂ ਇਸ ਤੋਂ ਇਲਾਵਾ 6 ਬੰਦੇ ਥੋੜ੍ਹੇ ਜਿਹੇ ਕ੍ਰਿਟੀਕਲ ਹੈ। 4 ਹੈਵ ਬੀਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ, 4 2 ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮਾਹੌਲ ਜਿਹਾ ਚੱਲਦਾ ਪਿਆ, ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਵੇ ਸੈਂਡਿੰਗ ਟੂ ਅੰਮ੍ਰਿਤਸਰ। ਐਂਡ ਬਾਕੀ ਇੱਥੇ ਹੋਰ 10-12 ਬੰਦੇ ਹੈ, ਤੋ ਦੇ ਹੈਵ ਸਸਟੇਨ ਮਾਈਨਰ ਇੰਜਰੀਜ਼, ਦੇ ਆਰ ਸਟੇਬਲ। ਦੱਸਿਆ ਜਾ ਰਿਹਾ ਜੀ, ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫ਼ਤਾਰ ਜਾਂਦੀ ਸੀ, ਅੱਜ ਵੀ ਸਵਾਰੀਆਂ ਕਹਿ ਰਹੀਆਂ ਬਹੁਤ ਤੇਜ਼ ਰਫ਼ਤਾਰ। ਅਸੀਂ ਉਹ ਚੈੱਕ ਕਰ ਰਹੇ ਨੇ, ਕੁਛ ਉਹ CCTV ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ। ਉਹਦੇ 'ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ, ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ, ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਵੜੀ। ਤਾਂ ਬਟ ਅਸੀਂ ਇਸ ਚੀਜ਼ ਨੂੰ ਅਸਟੈਬਲਿਸ਼ ਕਰ ਰਹੇ ਨੇ, ਪ੍ਰੋਪਰ ਇਨਵੈਸਟੀਗੇਸ਼ਨ ਇਹਦੇ 'ਚ ਕਰ ਰਹੇ ਨੇ। ਕੁੱਲ ਇਹਨਾਂ ਦੇ ਨੋਟਿਸ 'ਤੇ ਲਿਆਉਂਦੇ ਆ, ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ, ਜਿਨ੍ਹਾਂ 'ਚੋਂ 3 ਦੀ ਜਿਹੜੀ ਡੈਥ ਹੋ ਗਈ ਹੈ। 7 ਇਹਨਾਂ ਨੇ ਕਿਹਾ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ, ਬਾਕੀ ਕੁਛ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੀ ਮੋਟੀ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ। ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ, ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ, ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ, ਬਿਲਕੁਲ ਠੀਕ ਠਾਕ ਨੇ, ਕੋਈ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਸਾਡੇ ਡਾਕਟਰ ਦੀ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜੀ ਇੱਥੇ ਅਵੇਲੇਬਲ ਹੈਗੀ ਆ, ਈਵਨ IMA ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ। ਸਰ ਹੁਣ ਤੱਕ ਕਿੰਨੇ ਕੁ ਤੱਕ ਰੈਫਰ ਕੀਤੀ ਗਈ ਅੰਮ੍ਰਿਤਸਰ? ਅੰਮ੍ਰਿਤਸਰ 7 ਦੇ ਕਰੀਬ, 7 ਉਹਨਾਂ 'ਚ ਬੱਚੇ ਬੱਚੇ ਵੀ ਦੋ ਹੈਗੇ ਆ। ਮੈਂ ਕਿੰਨੇ ਬੱਚੇ ਹੈਗੇ? ਬਹੁਤ ਅਡਲਟ ਹੈ ਬੱਚਾ ਇੱਕ। ਕੈਜੂਅਲਟੀਆਂ 3 ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜੂਅਲਟੀਆਂ ਜਿਹੜੀਆਂ ਪਈਆਂ। ਬੜੇ ਦੁੱਖ ਦੀ ਗੱਲ ਹੈ ਜੀ, 4 ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਡੈਥ ਹੋ ਚੁੱਕੀ ਹੈ 4 ਜੀਆਂ ਦੀ, ਔਰ ਕਈ ਜ਼ਖਮੀ ਵੀ ਨੇ। ਪਰਮਾਤਮਾ ਅੱਗੇ ਇਹੋ ਅਰਦਾਸ ਬੇਨਤੀ ਕਰਦੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਕਰਨਾ। ਜੀ ਜੀ ਹਾਂ ਹਾਂਜੀ, ਅੰਮ੍ਰਿਤਸਰ ਭੇਜੇ ਗਏ ਨੇ, ਉਹ ਸੀਰੀਅਸ ਮੋਡ 'ਤੇ ਨੇ ਥੋੜ੍ਹਾ ਜਿਹਾ। ਉਹਨਾਂ ਨੂੰ ਡਾਕਟਰ ਸਾਹਿਬ ਹੁਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ, ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ, ਇੱਥੇ ਵੀ ਟੀਮਾਂ ਤਿਆਰ ਨੇ, ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਆਉਂਦੀ।